ਸੋਚ ਕੇ ਦੇਖੋ ਕਿ ਤੁਸੀਂ 2 ਜਾਂ 3 ਦਿਨਾਂ ਦਾ ਸੌਮੋ ਤਾਂ ਤੁਹਾਡੇ ਤੇ ਕੀ ਬੀਤੇਗੀ ਕੋਈ ਬਹੁਤ ਪਰੇਸ਼ਾਨ ਹੋ ਜਾਏਗਾ ਪਰ ਅੱਜ ਤੁਹਾਨੂੰ ਇੱਕ ਅਜੇਹੀ ਔਰਤ ਦੇ ਨਾਲ ਮਿਲਾਵਾਂਗੇ ਜੋ ਪਿਛਲੇ 40 ਸਾਲਾਂ ਤੋਂ ਨਹੀਂ ਸੁੱਤੀ ਨੀਂਦ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਦਿਨ ਭਰ ਦੀ ਥਕਾਨ ਤੋਂ ਬਾਅਦ ਭਰਪੂਰ ਨੀਂਦ ਲੈਣਾ ਜ਼ਰੂਰੀ ਮੰਨਿਆ ਜਾਂਦਾ ਹੈ ਅਜੇਹੀ ਵਿੱਚ ਸੋਚੋ ਕਿ ਕੋਈ ਔਰਤ 40 ਸਾਲਾਂ ਤੱਕ ਸੁੱਤੀ ਹੀ ਨਾ ਹੋਵੇ ਇਹ ਸੁਣਨ ਵਿੱਚ ਵੀ ਅਜੀਬ ਹੈ ਪਰ ਸੱਚ ਚੀਨੀ মিডিਆ ਨੇ ਹਾਲ ਹੀ ਵਿੱਚ ਇੱਕ ਔਰਤ ਬਾਰੇ ਰਿਪੋਰਟ ਪਬਲਿਸ਼ ਕੀਤੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਲਗਭਗ 4 ਦਹਾਕਿਆਂ ਤੋਂ ਨਹੀਂ ਸੁੱਤੀ ਇਸ ਤੋਂ ਬਾਅਦ ਵੀ ਇਸ ਨੂੰ ਕਦੇ ਥਕਾਵਟ ਜਾਂ ਨੀਂਦ ਮਹਿਸੂਸ ਨਹੀਂ ਹੁੰਦੀ ਬੀਜਿੰਗ ਦੇ ਡਾਕਟਰਾਂ ਨੇ ਇਹ ਮਿਸਟਰੀ ਸੁਲਝਾ ਦਿੱਤੀ ਹੈ ਚੀਨ ਦੇ ਹਾਨਾਨ ਚ ਰਹਿਣ ਵਾਲੇ ਔਰਤ ਲੀ ਜਾਨਯਿੰਗ ਨੇ ਦਾਵਾ ਕੀਤਾ ਕਿ ਉਹ ਬਿਨਾਂ ਨੀਂਦ ਲੈ 40 ਸਾਲਾਂ ਤੋਂ ਜਾਗ ਰਹੀ ਹੈ ਉਸਦੇ ਪਤੀ ਅਤੇ ਗਵਾਂਡੀਆਂ ਨੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ। ਲੀ ਨੇ ਕਿਹਾ ਕਿ ਉਹ ਆਖਰੀ ਵਾਰ ਉਦੋਂ ਸੁੱਤੀ ਸੀ ਜਦੋਂ ਉਹ 5 ਸਾਲ ਦੀ ਸੀ। ਹੁਣ ਉਸਦੇ ਲਈ ਨੀਂਦ ਬਸ ਇੱਕ ਯਾਦ ਹੈ। ਰੀ ਦੇ ਪਤੀ ਲਿਊ ਸੋਕਿੰ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੂੰ ਨੀਂਦ ਦੀ ਲੋੜ ਨਹੀਂ। ਰਾਤ ਦੇ ਹਨੇਰੇ 'ਚ ਵੀ ਕੰਮ ਕਰਦੀ ਏ। ਪਤੀ ਨੇ ਪਤਨੀ ਦੀ ਅਜਿਹੀ ਹਾਲਤ ਦੇਖ ਕੇ ਉਸਨੂੰ ਨੀਂਦ ਦੀ ਦਵਾਈ ਦਿੱਤੀ ਪਰ ਉਹ ਵੀ ਫਾਇਦੇਮੰਦ ਸਾਬਤ ਨਹੀਂ ਹੋਈ। ਜਦੋਂ ਲੀ ਨੇ 40 ਸਾਲ ਤੋਂ ਨਾ ਸੌਣ ਦਾ ਦਾਵਾ ਕੀਤਾ ਤਾਂ ਸਥਾਨਕ ਲੋਕਾਂ ਨੇ ਉਸਨੂੰ ਪਰਖਣਾ ਚਾਇਆ। ਇਸਦੇ ਲਈ ਉਸ ਨਾਲ ਮਿਲ ਕੇ ਰਾਤ ਭਰ ਤਾਸ਼ ਖੇਡਣ ਦਾ ਫ਼ਹਲਾਨ ਬਣਾਇਆ। ਉਹ ਰਾਤ ਭਰ ਉਹਨਾਂ ਦੇ ਨਾਲ ਤਾਸ਼ ਖੇਡਦੇ ਰਹੇ। ਅਖੀਰ ਵਿੱਚ ਸਥਾਨਕ ਲੋਕ ਹੀ ਉੱਥੋਂ ਥੱਕ ਕੇ ਚਲੇ ਗਏ ਜਦ ਕਿ ਉਹ ਜਾਗ ਰਹੀ ਸੀ। ਮੀਡੀਆ ਰਿਪੋਰਟ ਮੁਤਾਬਕ ਲੀ ਨੇ ਕਈ ਵਾਰ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਡਾਕਟਰਾਂ ਨੂੰ ਲੀ ਵਿੱਚ ਕੁਝ ਵੀ ਗੜਬੜ ਨਹੀਂ ਸੀ। ਬੀਜਿੰਗ ਵਿੱਚ ਇੱਕ ਡਾਕਟਰ ਨੇ ਇਸ ਮਿਸਟਰੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਡਾਕਟਰਾਂ ਦੀ ਟੀਮ ਨੇ 48 ਘੰਟੇ ਤੱਕ ਔਰਤ ਦੀ ਨਿਗਰਾਨੀ ਲਈ ਸੈਂਸਰ ਦਾ ਇਸਤੇਮਾਲ ਕੀਤਾ ਤੇ ਦੇਖਿਆ ਕਿ ਉਹ ਅਸਲ ਵਿੱਚ ਸੌਂਦੀ ਸੀ ਪਰ ਉਸ ਤਰ੍ਹਾਂ ਨਹੀਂ ਜਿਵੇਂ ਆਮ ਇਨਸਾਨ ਸੌਂਦੇ ਨੇ ਡਾਕਟਰਾਂ ਨੇ ਕਿਹਾ ਕਿ ਲੀ ਸੌਂਦੀ ਹੈ ਪਰ ਬਹੁਤ ਹਲਕੀ ਨੀਂਦ ਲੈਂਦੀ ਹੈ ਉਹ ਸੌਂਦੇ ਸਮੇਂ ਕੁਝ ਬੋਲਦੀ ਚੱਲਦੀ ਰਹਿੰਦੀ ਹੈ ਡਾਕਟਰਾਂ ਨੇ ਕਿਹਾ ਕਿ ਇਸ ਨੂੰ ਜਾਗਦੇ ਹੋਏ ਨੀਂਦ ਲੈਣ ਦੀ ਆਦਤ ਹੈ ਪਤੀ ਨੇ ਵੀ ਦੱਸਿਆ ਕਿ ਕਈ ਵਾਰ ਉਸ ਨੂੰ ਲੱਗਾ ਕਿ ਲੀ ਉਸ ਨਾਲ ਗੱਲ ਕਰਦੇ ਹੋਏ ਕਿਤੇ ਹੋਰ ਗਵਾਚੀ ਹੋਈ ਹੈ ਅਸਲ ਵਿੱਚ ਉਸ ਵੇਲੇ ਲੀ ਸੌ ਰਹੀ ਹੁੰਦੀ ਹੈ